सत श्री अकाल जी, बैठो। मेरा नाम मिंदर कौर है पुत, मेरा पिंड संगत दे नाल कोटली है। घर वाला मेरा पहला ही मैनू सिर तो नंगी कर गया। इको एक मुंडा सी मेरा, उन्हें कोई नौकरी नहीं मिली, जिदे करके असी 6 साल पहला पिंड जाके अपनी बाही करन लग गए। थोड़ी जी जमीन सी, थोड़ी जी खेतीबाड़ी च गुजारा कितने होंदा अजकल। 3 महीने पहला मेरा पुत आरती दे ब्याह करके बाह लेके मर गया। जिमें तिवें करके पुत मैं अपनी हिक ते ता पत्थर रख लिया, पर ओ लाला हजे भी मेरा कहना नहीं चढ़दा, मेरी जमीन हड़प्पण नू फिरदा। किथे आ थोड़ी आरत बेबे? संगत मंडी है पुत, सतपाल काला आड़ती आ। सारे पिंड बहुत दुखी ने, ओ तो बहुत तंग करदा है पुत। जोरिया ये ओही आ पक्के वाले फीम वाले ब्लैकियां चो। बड़ा शुक्रिया बंदा है, संगत मंडी आड़ती है यूनियन दा प्रधान। कोई गल नहीं बेबे, घरे जाओ तुसी। दीपे भाई बेबे नू घरे छड़ के आओ। चंगा पुत, रब तेरी जड़ हरी रखे। पर पुत मैं तेरे कले नाल एक गल करनी है। करो गल बेबे। पुत मैं कदे बठिंडा पुलिस दे विच मुलाजम हुंदी सी। तेरा प्यो दर्शन सिंह मेरे करके तेरी मां नू कुटदा मारदा सी। मैनू पता बेबे, हाँ जी सरदार गुरमुख सिंह जी। सत श्री अकाल सेठ जी। बई एक तो थोड़े जट्टा च ना पहल वाली गल नहीं रही, हूँ माड़ी जी गलते कोई दवाई पी लेंदा, कोई फाहा लैके मर जांदा। ओ चलो जो भी रकम तैयार रखियो, अज जरूरी है। लाला जी राम राम, की हाल चाल ने? असी तो कोटली वाला मुंडा नहीं जिहड़ा फाहा लै गया, ओदा हिसाब किताब करन आई सी। ओ तां मुंडा बई बड़ा माड़ा कर गया। किन्नी रकम बनदी ओदी? रकम केड़ी बनदी है, आही ब्याज बूज ला के 3 लाख रुपया बनदा। कोई गल नहीं लाला जी, अज सारा हिसाब किताब नक्की कर देंगे। कड बखतौरिया आ दोवें 75,000 देने। ते 1.5 लाख इन्हां दा हो गया। भाई ये की है? 3 लाख हो गया ना लाला जी। ओ तुसी हो कौन? 70 रुपया का कारतूस। यार तुसी आ की खेडा खेडी जा रहे हो मेरे नाल, मैनू फुद्दू समझे? थोड़ा रूंगा। राम नाम सत्ता लाला जी।
ਵਿੱਚ ਸੰਗਤ ਮੰਡੀ ਵਿੱਚ ਹੋਏ ਕਮਿਸ਼ਨ ਏਜੰਟ ਦੇ ਕਤਲ ਕਾਰਨ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਵਿਗੜੀ ਹਾਲਤ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਸਖਤ ਕਦਮ ਚੁੱਕੇ ਹਨ ਇਸੇ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਦਾ ਅਹੁਦਾ ਨਵੇਂ ਪੁਲਿਸ ਮੁਖੀ ਰਾਜਵੀਰ ਰੰਧਾਵਾ ਨੇ ਅੱਜ ਆਉਂਦੇ ਸਾਰ ਹੀ ਸੰਗਤ ਮੰਡੀ ਹੋਏ ਆੜਤੀ ਦੇ ਮਰਡਰ ਦੀ ਖਬਰ ਮਿਲ ਗਈ ਵਾਟ ਇਜ਼ ਦਿਸ ਜੀ ਮੈਮ ਜਨਾਬ ਚੰਗਾ ਹੀ ਹੋਇਆ ਉਹ ਤਾਂ ਗੱਡੀ ਚੜਾਤਾ ਅੱਛਾ ਤਾਂ ਮੈਂ ਇੱਥੇ ਕਿਸੇ ਦੇ ਕਸੀਦੇ ਸੁਣਨ ਨਹੀਂ ਆਈ ਹਾਂ ਨਾ ਹੀ ਕੋਈ ਮਾਣ ਵਾਲੀ ਗੱਲ ਆ ਮੈਂ ਇੱਥੇ ਇਹਨਾਂ ਸਮਾਜ ਵਿਰੋਧੀ ਅੰਸਰਾਂ ਦੀ ਲਗਾਮ ਕੱਸਣ ਆਈ ਹਾਂ ਖਾਸ ਕਰਕੇ ਇਹੋ ਜਿਹੇ ਸਮੇਂ ਜਦੋਂ ਇਲੈਕਸ਼ਨ ਨਜ਼ਦੀਕ ਨੇ ਮੇਰੀ ਪੋਸਟਿੰਗ ਵੀ ਇਸੇ ਕਰਕੇ ਇੱਥੇ ਹੋਈ ਹੈ ਅਜਿਹੇ ਸਮੇਂ ਮੈਂ ਆਪ ਸਭ ਤੋਂ ਵੀ ਕਮਿਟਮੈਂਟ ਦੀ ਉਮੀਦ ਰੱਖਦੀ ਹਾਂ ਜੀ ਜੀ ਮੈਮ ਜਨਾਬ ਇੱਕ ਗੱਲ ਕਰਨੀ ਸੀ ਤੁਸੀਂ ਇਹ ਜਿਹੜੀ ਲਗਾਮ ਫੜਨ ਵਾਲੀ ਗੱਲ ਕੀਤੀ ਨਾ ਕਮਾਲ ਪਰ ਇਹ ਗੱਲ ਦੱਸਣੀ ਸੀ ਇਸ ਸ਼ਹਿਰ ਦੀ ਲਗਾਮ ਸਿਰਫ ਇੱਕ ਬੰਦੇ ਦੇ ਹੱਥ ਹੈ ਅਤੇ ਉਹ ਹੈ ਜੋਰਾ ਬਾਈ ਤਾਂ ਮਤਲਬ ਜੋਰਾਵਰ ਸਿੰਘ ਤੁਸੀਂ ਮੇਰੇ ਕਹੇ 'ਤੇ ਇੱਕ ਵਾਰ ਉਹਨੂੰ ਮਿਲ ਲਓ ਬਾਕੀ ਜਗਤਾਰ ਦੇ ਮਸ਼ਵਰੇ 'ਤੇ ਰਾਜਵੀਰ ਰੰਧਾਵਾ ਨੇ ਜੋਰੇ ਨੂੰ ਮਿਲਣ ਦਾ ਮਨ ਤਾਂ ਬਣਾ ਲਿਆ ਪਰ ਉਹਦਾ ਤਰੀਕਾ ਪੁਲਿਸ ਵਾਲਾ ਹੀ ਸੀ ਜਗਤਾਰ ਜਾਣ ਬੁੱਝ ਕੇ ਟਲ ਗਿਆ ਮੈਮ ਮੈਨੂੰ ਕਹਿੰਦਾ ਪਿਆ ਸੀ ਮੀਟਿੰਗ 'ਚ ਕਿ ਜੋਰਾ ਬਾਈ ਨੂੰ ਜਾ ਕੇ ਮਿਲੋ ਬਲੜੀ ਬਾਸਟਰਡ ਸ਼ਰਮਾ 'ਚ ਮੁੰਡਿਆਂ ਨੂੰ ਕਹਿ ਕੇ ਉਹਨੂੰ ਬਾਹਰ ਕਢਵਾਓ ਮੈਂ ਇਹਦੇ ਨਾਲ ਗੱਲ ਕਰਦੀ ਹਾਂ ਸੁਖਦੇਵ ਜੋ ਗੱਲ ਕਰਨੀ ਆ ਮੇਰੇ ਨਾਲ ਕਰੋ ਦੀਪੇ ਬਾਈ ਨੂੰ ਛੱਡ ਦਿਓ ਮੈਂ ਤੁਹਾਡੇ ਸਾਹਮਣੇ ਬੈਠਾ ਜੋਰਾਵਰ ਸਿੰਘ ਉਰਫ ਜੋਰਾ ਬਾਈ ਤੈਨੂੰ ਪਤਾ ਸਾਡੇ ਮਹਿਕਮੇ 'ਚ ਦੋ ਤਰ੍ਹਾਂ ਦੇ ਅਫਸਰ ਹੁੰਦੇ ਨੇ ਇੱਕ ਉਹ ਜਿਹੜੇ ਆਪ ਤੇਰੇ ਵਰਗਿਆਂ ਦੀ ਦਿਓੜੀ 'ਤੇ ਹਾਜ਼ਰੀ ਭਰਦੇ ਨੇ ਅਤੇ ਦੂਜੇ ਉਹ ਜੋ ਤੇਰੇ ਵਰਗੇ ਨੂੰ ਥਾਣੇ 'ਚ ਹਾਜ਼ਰੀ ਭਰਾਉਂਦੇ ਨੇ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਦੂਸਰੇ ਕਿਸਮ ਦੀ ਅਫਸਰ ਹਾਂ ਮੈਨੂੰ ਦੁਸ਼ਮਣਾਂ ਦੀਆਂ ਕਿਸਮਾਂ ਨਹੀਂ ਗਿਣਦੀਆਂ ਆਉਂਦੀਆਂ SSP ਸਾਹਿਬਾਂ ਮੈਂ ਤਾਂ ਸਿਰਫ ਉਹਨਾਂ ਨਾਲ ਮੱਥਾ ਲਾਉਣ ਜਾਣਦਾ ਅੱਛਾ ਤੁਹਾਡੇ ਵਰਗੇ ਵੈਲੀਆਂ ਦੇ ਨਾਮ ਵੱਖਰੀ ਡਾਇਰੀ 'ਚ ਲਿਖ ਕੇ ਰੱਖੇ ਹੋਏ ਨੇ ਅਤੇ ਤਬਾਦਲਾ ਹੋਣ ਤੱਕ ਡਾਇਰੀ ਦੇ ਪੰਨੇ ਇੱਕ ਇੱਕ ਕਰਕੇ ਸਾੜ ਦਿੰਦੀ ਹਾਂ ਲੈ ਜਾ ਆਪਣੇ ਦੀਪੇ ਬਾਈ ਨੂੰ ਪਰ ਤੁਹਾਡੇ ਖਿਲਾਫ਼ ਕੋਈ ਸੁਰਾਖ ਮਿਲ ਗਿਆ ਨਾ ਤਾਂ ਇੱਕ ਗੱਲ ਯਾਦ ਰੱਖੀ ਅੱਜ ਤੋਂ ਬਾਅਦ ਬਠਿੰਡੇ ਦੀ ਧਰਤੀ ਰਾਜਵੀਰ ਰੰਧਾਵਾ ਦੇ ਅੰਬਰ ਹੇਠਾਂ ਕੁਛ ਨਾ ਡੈਰੀ ਦੇ ਪੰਨਿਆਂ ਦੇ ਵੀ ਮੇਚ ਨਹੀਂ ਆਉਂਦੇ SSP ਸਾਹਿਬਾਂ ਅਤੇ ਕੁਛ ਰਾਤੇ ਅੰਬਰ ਵੀ ਛੇਕ ਦਿੰਦੇ ਆ ਯਾਦ ਰੱਖੂੰਗਾ ਡਿਪਟੀ ਸਾਹਿਬ ਪੁਲਿਸ ਦੀ ਪੇਟੀ ਤਿੰਨ ਚਾਰ ਦੀ ਝਾਂਜਰ 'ਚ ਕੁਛ ਤਾਂ ਫਰਕ ਹੁੰਦਾ ਹੈ ਨਾ ਜੀ ਬਿਲਕੁਲ ਮੈਮ ਫਿਰ ਵੀ ਪਤਾ ਨਹੀਂ ਕਿਉਂ ਆਪਣੇ ਅਫਸਰ ਨੇਤਾਵਾਂ ਅਤੇ ਗੁੰਡਿਆਂ ਦੇ ਇਸ਼ਾਰਿਆਂ 'ਤੇ ਨੱਚਦੇ ਰਹਿੰਦੇ ਨੇ
ਲੈ ਮੇਰਾ ਵੀ ਉਦਘਾਟਨ ਹੋ ਗਿਆ ਪੁਲਿਸ ਦੀ ਕੁੱਟ ਵਾਲਾ ਨਹੀਂ ਦੀਪੇ ਬਾਈ ਇਹ ਕੁੱਟ ਤੇਰੇ ਨਹੀਂ ਪਈ ਇਹ ਲਾਸ਼ਾਂ ਵੀ ਮੇਰੇ ਪਈਆਂ ਨੇ ਤੇ ਚੀਸਾਂ ਵੀ SSP ਕਰਨਾ ਵੀ ਇਹੋ ਚਾਹੁੰਦੀ ਸੀ ਉਹੀ ਦੁਸ਼ਮਣ ਸਭ ਤੋਂ ਵੱਧ ਖਤਰਨਾਕ ਹੁੰਦਾ ਜਿਹਨੂੰ ਤੁਹਾਡੀ ਕਮਜ਼ੋਰ ਰੱਗ ਪਤਾ ਹੁੰਦੀ ਹੈ ਤੇ ਹੁਣ ਇਸੇ ਲਈ ਸਾਨੂੰ ਸਾਡੀਆਂ ਰਗਾਂ 'ਚ ਲਾਵਾ ਰੱਖਣਾ ਪਊਗਾ ਲੈ ਹਾਂਜੀ ਕੀ ਹਾਲ ਚਾਲ ਹੈ ਬਾਈ ਜੀ ਔਰ ਕਾਕਾ ਜੀ ਦਾ ਕੀ ਹਾਲ ਚਾਲ ਹੈ ਮਿਲਣਾ ਸੀ ਉਹਨਾਂ ਬਹੁਤ ਜ਼ਰੂਰੀ ਕੰਮ ਹੈ ਤੁਸੀਂ 10 ਵਜੇ ਆ ਜਾਇਓ ਅੰਮੀ ਭੂਆ ਦੇ ਅੱਡੇ 'ਤੇ ਠੀਕ ਹੈ ਮਿਲਦੇ ਹਾਂ ਕੀ ਗੱਲ ਦੀਪੇ ਬਾਈ ਠੀਕ ਨਹੀਂ ਲੱਗ ਰਿਹਾ ਤਬੀਅਤ ਤਾਂ ਠੀਕ ਹੈ ਨਾ ਤੇਰੀ ਉਹ ਮੈਂ ਤਾਂ ਠੀਕ ਹਾਂ ਲਾੜਾ ਤੂੰ ਮੇਰੀ ਗੱਲ ਛੱਡ ਆਪਦੀ ਗੱਲ ਕਰ ਉਹ ਬਾਈ ਮੈਂ ਤਾਂ ਚੰਡੀਗੜ੍ਹੋਂ ਖਬਰ ਲੈ ਕੇ ਆਇਆ ਕਿ ਇਲੈਕਸ਼ਨ ਦੀ ਡੇਟ ਜਲਦੀ ਅਨਾਊਂਸ ਹੋਣ ਵਾਲੀ ਹੈ ਇੱਕ ਵਾਰੀ ਫੇਰ ਆਪਣੇ ਦੋਨਾਂ ਹੱਥਾਂ 'ਚ ਲੱਡੂ ਦੇ ਨਾ ਲੱਡੂਆਂ ਨੂੰ ਲਾੜਾ ਕਿਤੇ ਹਲਵਾਈ ਦੀ ਦੁਕਾਨ ਤਾਂ ਨਹੀਂ ਖੋਲ ਲਈ ਉਹ ਨਹੀਂ ਬਾਈ ਮੈਂ ਤਾਂ ਕਾਕਾ ਜੀ ਨੂੰ ਕਹਿਣ ਆਇਆ ਸੀ ਕਿ ਮੇਰੀ ਇੱਕ ਜੇਬ 'ਚ ਸਰਦਾਰ ਨੇ ਅਤੇ ਦੂਜੀ ਜੇਬ 'ਚ ਪੰਡਿਤ ਆਜ਼ਾਦ ਖੜੇ ਹੋਣ ਤੋਂ ਪਹਿਲਾਂ ਇੱਕ ਵਾਰੀ ਸੋਚ ਲਓ ਆਪਾਂ ਕਿਸੇ ਪਾਸੇ ਵੀ ਟਿਕਟ ਲੈ ਸਕਦੇ ਹਾਂ ਤੈਨੂੰ ਚੰਗੀ ਤਰ੍ਹਾਂ ਪਤਾ ਲਾਲਾ ਇਹਨੂੰ ਦੱਲਾਗਰੀ ਕਹਿੰਦੇ ਆ ਰਾਮ ਨਾਲ ਪੁੱਤ ਮੇਰਾ ਉੱਤੇ ਜ਼ਰੂਰੀ ਗੱਲ ਕਰੀ ਜਾਂਦਾ ਹੌਲੀ ਠੀਕ ਕਹਿ ਰਹੇ ਹੋ ਕਾਕਾ ਜੀ ਪਰ ਸਾਡੀ ਬਰਾਦਰੀ ਦਾ ਇਹ ਕਿੱਤਾ ਹੈ ਤੁਸੀਂ ਸਿਸਟਮ ਨਾਲ ਮੱਥਾ ਲਾਉਣ ਦੀ ਗੱਲ ਕਰ ਰਹੇ ਹੋ ਨਾ ਸਿਸਟਮ ਤਾਂ ਖੋਪੜੀਆਂ ਦਾ ਵੀ ਮਹਿਲ ਬਣਾ ਲੈਂਦਾ ਅੰਦਰ ਅੱਗ ਬਹੁਤ ਆ ਲਾਲਾ ਜੇ ਸਾਡੇ ਚੁੱਲ੍ਹੇ ਨਾ ਮੱਚੇ ਨਾ ਤਾਂ ਇਹ ਮਹਿਲ ਮੱਚਣਗੇ ਅਸੀਂ ਰਾਹਾਂ ਦੇ ਰੋੜੇ ਹੀ ਸਹੀ ਪਰ ਸਿਸਟਮ ਦੇ ਸਿੱਧੇ ਜਾ ਕੇ ਮੱਥੇ 'ਚ ਵੱਜਾਂਗੇ ਲਾਲਾ ਜੋਰੇ ਦੇ ਖਿਲਾਫ਼ ਖੜਾ ਕੌਣ ਹੋ ਰਿਹਾ ਹੈ